मिस्त्री लग गया टाइम जन लगा हूं थोड़ा जा टाइम फ्री हो कम तो वेले हो अपना हूं ब्लॉग बना लगे जिमें तुम सारे ने कहा कि स्लैब करानी है नीचे और काम शुरू हो गया है थोड़े दिन तक तुम काम तैयार मिलेगा स्लैब का हम मेरा डर भी निकल जूगा जो मैं डर लगा रहा जी की कि तैयार ना निकल जाए ना उपर पढ़े लिखे गल नहीं सारा दिन ਇਧਰ ਉਧਰ ਹੀ ਬੈਠ ਕੇ ਕੱਟਿਆ ਮੈਂ ਆਪਣੇ ਘਰ ਜਾ ਰਿਹਾ ਸੀਗਾ ਗਰਮੀ ਇੰਨੀ ਹੋ ਗਈ ਪਰ ਕੋਈ ਫਾਇਦਾ ਨਹੀਂ ਹੋਇਆ ਬਹੁਤ ਜ਼ਿਆਦਾ ਸੀਗਾ ਤੇ ਜਾਨੀ ਕਿ ਹਵਾ ਕਿਸੇ ਪਾਸੇ ਨਹੀਂ ਲੱਗ ਰਹੀ ਸੀ ਜੇ ਮੀਂਹ ਵੀ ਪਿਆ ਪਰ ਮੀਂਹ ਦਾ ਕੋਈ ਫਾਇਦਾ ਨਹੀਂ ਹੋਇਆ ਰਾਤ ਨੂੰ ਜਦੋਂ ਬਣ ਹੋ ਜੇ ਵੀ ਠੰਡਾ ਹੋ ਜੇ ਮੌਸਮ ਲੱਗਦਾ ਨਹੀਂ ਤੇ ਹੋ ਸਕਦਾ ਰਾਤ ਨੂੰ ਮੀਂਹ ਵੀ ਆ ਸਕਦਾ ਕੋਈ ਵੱਡੀ ਗੱਲ ਨਹੀਂ ਤੇ ਜੇ ਦੇਖੋ ਕਿਤੇ ਤਰਸਦੇ ਆ ਕਿਤੇ ਲੋਕੀ ਆ ਨਾ बहुत वधिया ना ਸਾਡੇ ਜੀ ਉਹਨੇ ਵਿਚਾਰੇ ਨੇ ਨਾ ਸਾਡੇ ਪ੍ਰਾਹੁਣੇ ਨੇ 50,000 ਰੁਪਿਆ ਮੇਰੇ ਵਿਆਹ ਤੇ ਲਾਇਆ ਸੀ ਨਹੀਂ ਮੈਂ ਕੀ ਕਰ ਸਕਦਾ ਇਹ ਨਾ ਮੈਨੂੰ ਪਤਾ ਕੀ ਬੋਲਿਆ ਮੈਨੂੰ ਕਹਿੰਦਾ ਵੀ ਜੇ ਤਾਂ ਦੂਸਰਾ ਹੁੰਦਾ ਗਾ ਛੋਟਾ ਹੁੰਦਾ ਹਨਾ ਭਰਾ ਤੇ ਫਿਰ ਤਾਂ ਅਸੀਂ ਤੈਨੂੰ ਕਹਿੰਦੇ ਕਿ ਸਾਡੇ ਕੋਲ ਕੋਈ ਨਹੀਂ ਰਹਿ ਗਿਆ ਤੇ ਅਸੀਂ ਤੇਰੇ ਰਿਸ਼ਤੇਦਾਰ ਨੂੰ ਨਾ ਤੇਰੇ ਵਿਆਹ ਨੂੰ ਪੂਰੇ ਕਰਦੇ ਆ ਉਹ ਸਾਨੂੰ ਕਰ ਲੈਣਗੇ ਹਨਾ ਤੇ ਮੈਂ ਕਿਹਾ ਬਾਈ ਵੀ ਮੁੜ ਕੇ ਆਏ ਹਨਾ ਕਰਜ਼ਾ ਸਰਤੀ ਕਿਹੜਾ ਮਗਰ ਕੀ ਲਾਲ ਹੋਏਗੀ ਉਹ ਬਚਾਰਾ ਮੈਨੂੰ ਕਹਿੰਦਾ ਵੀ ਤੇਰੇ ਬਾਅਦ ਤੂੰ ਆ ਕੇ ਆਏ ਨਹੀਂ ਕਹਿੰਦਾ ਕਿ ਤੂੰ ਨਾ ਮੈਂ ਦੁਨੀਆ ਰੱਖੀ ਆ ਹਨਾ शरारती अपात यही होंगी किसी लिए कौन चंगा सोचता कि कौन माड़ा सोचता जो माड़ा सोचता गा है ना पिट पिछे गुला करता वह अपने औकात दिखा देता उन्होंने औकात कहते हैं औकात जी कोई कहते गरीब औकात की है जो गरीब आता यार इज्जत तो वो भी उन्नी है कोई भी है ना अभी गरीब हाँ इज्जत तो साड़ी भी उन्नी ही है ठीक है तो ये औकात का कोई मसला नहीं होंगे गा तो बस सिर्फ बोलन का होंगे गा है ना जिम्मे हम मेरे भैन तीन मेरे मैं फोन तीनिया भैन मेरे प्यार कर दें एक रजिंदर कौर है कि रुपिंदर कौर है भैन परसों को उसे वीडियो कॉल से मेरे घट्टो घट अद्धा पौना घंटा गल करी गई है ना तो वो भी मैं लकड़ी लेके आना तेरे वास्ते मैं जो मर्जी पहने तेरे भरा का घर आ तेरे भरा का गुट है जब मर्जी लकड़ी बनना है ना तो आते भाभी बैठे है रोटी राटी अगर गुमा नहीं सकते कि कोई गल नहीं आप रोटी भी खवावे भैन वापू तो अपना परिवार बहुत वाला घट्टो घट्ट ना बढ़ना मेरे हिसाब
12 13 ਦਾ ਮੇਰੇ ਭਰਜਾ ਨਹੀਂ ਹੈ ਰਮਨ ਸਨੇ 14 ਦਾ ਹਾਂਜੀ ਬਹੁਤ ਦੋ ਮੁੰਡੇ ਆਪਣੀ ਫੈਮਿਲੀ ਬਹੁਤ ਵਧੀਆ ਵੱਡੀ ਫੈਮਿਲੀ ਹੈ ਤੇ ਜਿਵੇਂ ਦੀ ਫੈਮਿਲੀ ਚਾਹੀਦੀ ਸੀ ਰੱਬ ਆਈ ਮੈਨੂੰ ਉਹ ਨਹੀਂ ਦਿੱਤੀ ਹੈ ਮੈਂ ਕਿਹਾ ਦਿੱਤਾ ਹੈ ਇਹਨਾਂ ਨੂੰ ਪੁੱਛੋ ਕਿਵੇਂ ਦੇ ਦਿੱਤੇ ਨੇ ਆਪਣੀ ਤਰੀਕ ਆਪੇ ਨਹੀਂ ਸੁਣਨੀ ਚਾਹੀਦੀ ਹੈ ਨਾ ਮੈਂ ਕਰ ਦਿੰਦਾ ਕਿੰਨਾ ਸੋਹਣਾ ਸੁਨੱਖਾ ਰੱਬ ਨੇ ਮੁੰਡਾ ਜਿੱਦਾਂ ਸਰਦਾਰ ਬਣਨਗੇ ਨਾ ਉਦਣ ਵਧੀਆ ਲੱਗਣਗੇ ਆਵਾਂਗੇ ਉਹ ਆਪਣਾ ਪਾਈ ਆ ਤੇ ਜਾਣਾ ਸੀ ਕਿ ਉਹ ਕਰਾਂਗੇ ਤੇ ਮੈਨੂੰ ਨਹੀਂ ਇਹਨਾਂ ਦਾ ਪਤਾ ਸੀ ਨਾ ਅੱਗੇ ਪਾਸੇ ਤੋਂ ਖੱਬੇ ਪਾਸੇ ਆਉਂਦਾ ਇਹ ਤਾਂ ਰਾਮ ਦੇ ਰਾਮ ਮੈਂ ਕਹਿੰਦਾ ਕਿ ਇਹ ਤਾਂ ਖੱਬੇ ਪਾਸੇ ਤੋਂ ਖੱਬੇ ਪਾਸੇ ਆਉਂਦਾ ਆਈ ਹੁੰਦਾ ਉਹ ਤਾਂ ਨਹੀਂ ਕਰਾਇਆ ਚਲੋ ਕੋਈ ਗੱਲ ਨਹੀਂ ਜਿਹੜੀ ਭੈਣ ਨੂੰ ਸਾਥ ਆ ਜਾਂ ਵੀਰ ਨੂੰ ਸਾਥ ਆ ਸਾਡੇ ਨੂੰ ਨਾ ਤੇ ਉਹ ਆ ਕੇ ਇੱਥੇ ਕੱਢ ਸਕਦਾ ਹੈ ਤੀਸਰੀ ਸਹਿਬ ਰਾਮ ਕੋਲ ਪਹੁੰਚ ਜਾਓ ਛੀਕ ਮਹੀਨੇ ਪਹਿਲਾਂ ਵੀ ਆਈ ਛੀਕ ਮਹੀਨੇ ਤਿੰਨ ਚਾਰ ਮਹੀਨੇ ਹੋਵੇ ਤੇ ਭਤੀਜੀ ਜਾਂ ਭਤੀਜਾ ਕੁਛ ਵੀ ਹੋਇਆ ਮਹਾਰਾਜ ਦੇਣ ਆਪਾਂ ਤਾਂ ਖੁਸ਼ੀ ਉਹਨੂੰ ਹੀ ਮਨਾਉਣੀ ਆ ਧੀ ਹੋਵੇ ਜਾਂ ਪੁੱਤ ਹੋਵੇ ਠੀਕ ਹੈ ਧੀ ਵੀ ਪੁੱਤਾਰ ਗਈ ਆ ਠੀਕ ਹੈ ਧੀ ਹੋਵੇ ਪੁੱਤ ਹੋਵੇ ਖੁਸ਼ੀ ਪੁੱਤ ਜਿਹਨੂੰ ਮਨਾਵਾਂਗੇ ਆਪਾਂ ਨੂੰ ਕੋਈ ਹੈ ਨਹੀਂ ਗਾ ਰੱਬ ਮੁੰਡਾ ਹੀ ਦੇਵੇ ਹਨਾ ਤੇ ਜਿਹੜਾ ਸੱਚ ਨਾ ਤੁਸੀਂ ਕਹਿੰਦੇ ਸੀਗੇ ਵੀ ਉਹ ਬੇਬੀ ਜੀ ਦਾ ਸੀਗਾ ਉਹ ਬੇਬੀ ਨਾ ਮੁੰਡਾ ਕਰੀ ਤੂੰ ਆਪਣੇ ਤੇ ਉਹਦੇ ਨਾ 13 ਸਾਲਾਂ ਬਾਅਦ ਪਹਿਲਾਂ ਉਹਨਾਂ ਦੀ ਨਾ ਗੁੜੀਆ ਹੋ ਕੇ ਡੈਥ ਹੋ ਗਈ ਸੀ ਉਹਦੀ ਮਹੀਨੇ ਦੇ ਬਾਅਦ ਹੀ ਤੇ ਉਸ ਤੋਂ ਬਾਅਦ ਉਹਨਾਂ ਦੇ ਬੱਚਾ ਨਹੀਂ ਹੋਇਆ ਸੀਗਾ ਤੇ ਉਸ ਤੋਂ ਬਾਅਦ 13 ਸਾਲਾਂ ਬਾਅਦ ਹੁਣ ਉਹਨਾਂ ਦੇ ਮੁੰਡਾ ਪਿਆ ਤੇ ਉਹ ਜੋ ਜੇ ਕੋਈ ਕਹਿੰਦੇ ਹੁੰਦੇ ਨਾ ਵੀ ਰੋਂਦੇ ਨੂੰ ਦੇ ਇਤਿਹਾਸ ਨਾ ਨਹੀਂ ਚਾਹੀਦਾ ਠੀਕ ਹੈ ਆਹ ਜਿਹਨੂੰ ਦੇ ਇਤਿਹਾਸ ਦੋ ਉਹਦੀ ਖੁਸ਼ੀ ਦਾ ਖੁਸ਼ੀ ਦਾ ਉਹਦੇ ਵਿੱਚ ਸ਼ਾਮਲ ਹੋਏ ਹੈ ਨਾ ਤੇ ਉਹ ਖੁਸ਼ੀ ਦੇ ਵਿੱਚ ਸ਼ਾਮਲ ਹੋਇਆ ਸੀਗਾ ਠੀਕ ਹੈ ਮਸਾਂ ਮਸਾਂ ਮਹਾਰਾਜ ਨੇ ਸੁਣੀ ਸੀ ਵਿਚਾਰੇ ਦੀ ਹੈ ਨਾ ਅਤੇ ਸਾਡੇ ਭਰਾ ਦੀ ਅਤੇ ਉਹ ਖੁਸ਼ੀ ਇਹ ਨਹੀਂ ਸੀਗੀ ਮੈਨੂੰ ਕਿ ਵੀਰੇ ਦੀ ਸਾਡੇ ਤੁਹਾਡੇ ਭਰਾ ਦੀ ਸੁਣ ਲਈ ਮਹਾਰਾਜ ਨੇ ਲਾਈਟ ਘੱਟ ਹੋਊ ਅਤੇ ਕੋਈ ਗੱਲ ਨਹੀਂ ਚਲੋ ਠੀਕ ਹੈ ਜੀ ਕੱਲ੍ਹ ਨੂੰ ਆਪਾਂ ਕੋਸ਼ਿਸ਼ ਕਰਾਂਗੇ ਜਿਵੇਂ ਤੁਹਾਡੇ ਕੁਝ ਸਵਾਲ ਸੀ ਜਿਨ੍ਹਾਂ ਦੇ ਅੱਜ ਸਾਲ ਸੀ ਮਿੱਠੇ ਮਿੱਠੇ ਜਵਾਬ ਦਿੱਤੇ ਅਗਰ ਕੋਈ ਗਲਤੀ ਹੋਵੇ ਤੇ ਉਹਦੀ ਮਾਫ ਕਰਨਾ ਛੋਟੀ ਭੈਣ ਸਮਝ ਕੇ ਬਾਕੀ ਕਈ ਵਾਰੀ ਸਾਨੂੰ ਖੁਦ ਨੂੰ ਇਹ ਚੀਜ਼ ਲੱਗਦਾ ਕਿ ਅਗਰ ਸਾਡੇ ਤੋਂ ਕੋਈ ਸਵਾਲ ਪੁੱਛਿਆ ਗਿਆ ਹੈ ਉਹਦਾ ਆਪਾਂ ਜਵਾਬ ਜ਼ਰੂਰ ਦਈਏ ਤੁਹਾਨੂੰ ਕਿਉਂਕਿ ਕਈ ਵਾਰੀ ਕਹਿਣ ਨਾਲ ਨਹੀਂ ਪਤਾ ਲੱਗਦਾ ਸੁਣਨ ਨਾਲ ਨਹੀਂ ਪਤਾ ਲੱਗਦਾ ਜਾਂ ਦੇਖਣ ਨਾਲ ਨਹੀਂ ਪਤਾ ਲੱਗਦਾ ਜਿੰਨੀ ਦੇਰ ਤੱਕ ਬੰਦਾ ਨੂੰ ਸੁਣਨ ਅਗਰ ਗੱਲ ਕੀਤੀ ਜਾਵੇ ਤਾਂ ਜਵਾਬ ਮਿਲੇ ਨਾ ਫਿਰ ਪਤਾ ਲੱਗਦਾ ਕਿ ਉਸ ਗੱਲ ਦਾ ਕਿਵੇਂ ਸੀ ਮਤਲਬ ਹੈ ਨਾ ਗੱਲ ਕਿਵੇਂ ਸੀ ਉਹ ਕਿਉਂ ਹੋਈ ਕਿਉਂ ਕੀਤੀ ਗਈ ਹੈ ਨਾ ਇਹ ਚੀਜ਼ ਦੇ ਕਾਰਨ ਸਾਨੂੰ ਕਈ ਵਾਰੀ ਤੁਹਾਡੇ ਸਵਾਲਾਂ ਦੇ ਜਵਾਬ ਦੇਣੇ ਪੈਂਦੇ ਆ ਪਰ ਆਪਾਂ ਦੇਵਾਂਗੇ ਵੀ ਕਿ ਕੱਲ ਨੂੰ ਕੋਈ ਕਿਸੇ ਗੱਲ ਦਾ ਲੁਕਾਣਾ ਹੋਵੇ ਤੇ ਤੁਹਾਡਾ ਅਗਰ ਸਾਡੀ ਸਪੋਰਟ ਕਰਦੇ ਹੋ ਤੇ ਸਾਡਾ ਵੀ ਹੱਕ ਹੈ ਕਿ ਇਹ ਕਰਜ਼ਾ ਬਣਦਾ ਹੈ ਕਿ ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਰਹੀਏ
ਐਵੇਂ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਰਹਾਂਗੇ, ਨਵੇਂ ਨਵੇਂ ਵਲੌਗ ਲੈਂਦੇ ਰਹਾਂਗੇ। ਹਜੇ ਥੋੜ੍ਹੀ ਜਿਹੀ ਕੰਡੀਸ਼ਨ ਐਵੇਂ ਕਿ ਮੈਂ ਬਾਹਰ ਅੰਦਰ ਜਾ ਨਹੀਂ ਸਕਦੀ, ਬਾਹਰ ਜਾ ਕੇ ਵੀਡੀਓ ਬਣਾ ਨਹੀਂ ਸਕਦੀ। ਨੋਰਮਲ ਘਰ 'ਚ ਰਹਿ ਕੇ ਆਪਾਂ ਵੀਡੀਓ ਬਣਾਉਂਦੇ ਹਾਂ ਨਾ, ਤੁਹਾਨੂੰ ਪੋਸਟ ਕਰਦੇ ਹਾਂ। ਬਾਕੀ ਚਲੋ ਆਪਾਂ ਜਦੋਂ ਵੀ ਪਰਮਾਤਮਾ ਨੇ ਚਾਹਿਆ, ਪਰਮਾਤਮਾ ਹੋਰ ਵਰਦੇ ਪਾਵੇ ਹੈ ਨਾ, ਅਤੇ ਆਪਾਂ ਬਾਹਰ ਦੀ ਕਿਤੇ ਵੀ ਜਾਵਾਂ ਕਰਾਂਗੇ, ਉੱਥੇ ਦੀ ਵੀਡੀਓ ਬਣਾਵਾਂ ਕਰਾਂਗੇ, ਅਤੇ ਤੁਹਾਨੂੰ ਦਿਖਾਵਾਂ ਕਰਾਂਗੇ ਉਸ ਚੀਜ਼ ਦਾ। ਐਵੇਂ ਪਿਆਰ ਬਣਾਏ ਰੱਖਣਾ, ਅਤੇ ਅਸੀਂ ਤੁਹਾਨੂੰ ਮਿਲਦੇ ਰਹਾਂਗੇ ਨਵੇਂ ਵਲੌਗ ਦੇ ਨਾਲ। ਸਤਿ ਸ਼੍ਰੀ ਅਕਾਲ। ਦੇਖ ਲਓ ਨਿੱਕੇ ਨਿੱਕੇ ਹੱਥ ਜੋੜਦੀ ਆ ਰਹਿਣਾ ਸਭ ਕਰ ਓਕੇ ਜੀ।